আসসালামু আলাইকুম নাজন আমি থোডি মেজবান আবিরা খান তে সব তো পেলে তে মে থোডা শুকরিয়া দা করনা চানদি হ্যাঁ জড়ে মেরি ফ্যামিলি মানে মেরি ইউটিউব ফ্যামিলি ইয়া মেরে অপনে জি মেরে ভিউয়ারস ওনা দা শুকরিয়া দা করনা চানদি হ্যাঁ আজ জড়ে মে ফখর না কিন্দী না আবিরা খান এ আবিরা খান মে থোডি ওয়াজত বনা মে কিন্দিয়া কে মেরা কোই কামাল নে সব তো পেলে রব ਤੇ ਅਰ ਤੋਂ ਬਾਤ ਤੁਸੀਂ ਜਿਨ੍ਹਾਂ ਦੀ ਵਾਇਤ ਮੈਂ ਅਬੀਰਾ ਖਾਨ ਬਣੀ ਬਹੁਤ ਸ਼ੁਕਰੀਆ ਤੁਹਾਡਾ ਮੈਂ ਰਵਦਾ ਵੀ ਬਹੁਤ ਸ਼ੁਕਰੀਆ ਅਦਾ ਕਰਦੀ ਆਂ ਇੰਨੀ ਇੱਜ਼ਤ ਇੰਨਾ ਪਿਆਰ ਤੁਸੀਂ ਸਾਰਿਆਂ ਨੇ ਦਿੱਤਾ ਮੈਨੂੰ ਤੇ ਪੰਜਾਬ ਦੀ ਧੀ ਪੈਣ ਕਿਹਾ ਜਾਂਦਾ ਮੈਨੂੰ ਸੋ ਮੈਨੂੰ ਮਾਣ ਆ ਕਿ ਮੈਂ ਪੰਜਾਬ ਦੀ ਧੀ ਆ ਤੇ ਬਹੁਤ ਸਾਰੇ ਲੋਕ ਇੱਜ਼ਤ ਨਹੀਂ ਬੁਲਾਉਂਦੇ ਆ ਤੇ ਅੱਜ ਦੀ ਵੀਡੀਓ ਮੇਰਾ ਬਣਾਉਣ ਦਾ ਮਕਸਦ ਆ ਕਿ ਇੱਕ ਬਸ ਪੈਗਾਮ ਦੇਣਾ ਚਾਹੁੰਦੀ ਕੁਝ ਗੱਲਾਂ ਕਰਨਾ ਚਾਹੁੰਦੀ ਆ ਆਪਣੀ ਫੈਮਲੀ ਦੇ ਨਾਲ ਜਿਹੜੀ ਮੇਰੀ ਫੈਮਲੀ ਆ ਕੁਝ ਦਿਨ ਪਹਿਲੇ ਮੇਰਾ ਇੱਕ ਇੰਟਰਵਿਊ ਚੱਲਿਆ ਸੋ ਉਹਰੇ ਵਿੱਚ ਮੇਰੀ ਮੈਰਿਡ ਲਾਈਫ ਦੇ ਬਾਰੇ ਵਿੱਚ ਗੱਲਬਾਤ ਕੀਤੀ ਗਈ ਹਾਂਜੀ ਮੈਂ ਅਰ ਤੋਂ ਪਹਿਲੇ ਕਿਸੇ ਇੰਟਰਵਿਊ ਚ ਨਹੀਂ ਮੈਰਿਡ ਲਾਈਫ ਡਿਸਕਸ ਕੀਤੀ ਕਿਉਂਕਿ ਜਿਹੜੀ ਅਸੀਂ ਫੀਲਡ ਦੇ ਵਿੱਚ ਆ ਨਾ ਅਗਰ ਸਾਨੂੰ ਚਾਣ ਵਾਲੇ ਬੜੇ ਆ ਤੇ ਸਾਨੂੰ ਨਫ਼ਰਤ ਕਰਨ ਵਾਲੇ ਸਾਡੇ ਹੇਟਰਸ ਵੀ ਬਹੁਤ ਜ਼ਿਆਦਾ ਨੇ ਨਾ ਤੁਸੀਂ ਜਿੰਨੇ ਜੋ ਵੀ ਕਹਿਣਾ ਮੈਨੂੰ ਕਵੇ ਮੇਰੀ ਫੈਮਿਲੀ ਨੂੰ ਕੋਈ ਟਾਰਗੇਟ ਨਾ ਕਰੇ ਮੇਰਾ ਹਮੇਸ਼ਾ ਹੀ ਮਕਸਦ ਰਿਹਾ ਤੇ ਕੋਸ਼ਿਸ਼ ਵੀ ਰਹੀ ਆ ਕਿਉਂਕਿ ਸਾਡਾ ਕੰਮ ਆ ਹਸਾਣਾ ਤੇ ਕਈ ਲੋਕਾਂ ਦਾ ਕੰਮ ਆ ਕਿ ਉਹ ਸਾਨੂੰ ਇਹੋ ਜਿਹੀਆਂ ਗੱਲਾਂ ਕਰਦੇ ਸਾਨੂੰ ਰੋਣ ਤੇ ਮਜਬੂਰ ਕਰ ਦਿੰਦੇ ਹਨ ਤੇ ਮੇਰੀ ਵੀਡੀਓ ਦੇ ਨੀਚੇ ਲੋਕਾਂ ਨੇ ਕਈ ਕਮੈਂਟਸ ਕੀਤੇ ਕਈਆਂ ਨੇ ਕਿਹਾ ਨਾਈਸ ਕਾਮੇਡੀ ਕਈਆਂ ਨੇ ਕਿਹਾ ਅੱਛੀ ਐਕਟਿੰਗ ਆ ਕਈਆਂ ਨੇ ਕੁਛ ਕਈਆਂ ਨੇ ਕੁਛ ਮੈਂ ਤੁਹਾਨੂੰ ਦੱਸ ਦਵਾਂ ਨਿਕਾਹ ਇੱਕ ਬੜੀ ਬਰਕਤ ਵਾਲੀ ਸ਼ਾਇਵਾ ਵਿਆਹ ਜਿਹੜੀ ਆ ਬਰਕਤ ਵਾਲੀ ਸ਼ਾਇਵਾ ਤੇ ਮੇਰਾ ਨਹੀਂ ਖਿਆਲ ਕਿ ਕੋਈ ਕੁੜੀ ਅਗਰ ਕਹਿੰਦੀ ਆ ਆਕੇ ਕਿ ਮੇਰਾ ਫਲਾਣਾ ਨਿਕਾਹ ਹੋਇਆ ਵਾ ਜਾਂ ਮੈਂ ਵਿਆਹੀ ਆ ਤੇ ਉਹ ਕਾਮੇਡੀ ਦੇ ਜ਼ਮਰੇ ਚਾਹੰਦਾ ਉਹਨੂੰ ਆਪਾਂ ਕਾਮੇਡੀ ਨਹੀਂ ਕਹਿ ਸਕਦੇ ਹਨਾ ਵੈਸੇ ਮੇਰੀ ਨੇਚਰ ਐਂਜ ਦੀ ਆ ਮੈਂ ਜਿੰਨਾ ਬੋਲਦੀ ਆ ਹੱਸ ਕੇ ਬੋਲਦੀ ਆ ਮੈਂ ਸੜੀ ਹੋਈ ਨੇਚਰ ਦੀ ਨਹੀਂ ਆ ਸੋ ਕਿਈ ਲੋਗਾਂ ਨੇ ਕਿਹਾ ਹੋਰ ਵੀ ਤਾਂ ਨਹੀਂ ਕਾਮੇਡੀ ਕਰੀ ਕਾਮੇਡੀ ਨਹੀਂ ਕਰੀ हां मैं सجاد ਜਾਨੀ ਦੀ ਵਾਈਫ ਆ ਸੋ ਇੱਥੇ ਕੋਈ ਕਾਮੇਡੀ ਵਾਲੀ ਗੱਲ ਨਹੀਂ ਆ ਕੁਝ ਲੋਗਾਂ ਨੇ ਕਿਹਾ ਕਿ ਅਗਰ ਇਹ ਗੱਲ ਸੱਚੀ ਹੋਈ ਤੇ ਦਿਲੋਂ ਲੱਤ ਜਾਏਗਾ ਸجاد ਜਾਨੀ ਨਕਾ ਕਰਨਾ ਕੋਈ ਬੁਰੀ ਗੱਲ ਨਹੀਂ ਆ ਠੀਕ ਆ ਪਹਿਲੀ ਗੱਲ ਤੇ ਮੈਂ ਨਕਾ ਲਈ ਕਰਾਂਗੀ ਤੇ ਕੁਝ ਚੰਦ ਲੋਗ ਆ ਚੰਦ ਲੋਗ ਜਿਸ ਤਰ੍ਹਾਂ ਹੁਣ ਮੈਨੂੰ ਸੋ ਕਮੈਂਟਸ ਆਣ ਕੇ ਭੈਣ ਬਾਜੀ ਧੀਰੇ ਤੇ ਤਿੰਨ ਚਾਰ ਆਣਗੇ ਜਿਨ੍ਹਾਂ ਦੀ ਡਿਊਟੀ ਲੱਗੀ ਹਨ ਜਿਨ੍ਹਾਂ ਨੇ ਦੱਸਣਾ ਸਾਡੀ ਤਰਬੀਅਤ ਕੰਜ ਦੀ ਹੈ ਜਿਨ੍ਹਾਂ ਨੇ ਦੱਸਣਾ ਅਸੀਂ ਕਿੱਡੇ ਗਾਰੇ ਹੋਏ ਜ਼ਰਫ ਦੇ ਜਿਨ੍ਹਾਂ ਨੇ ਦੱਸਣਾ ਕਿ ਅਸੀਂ ਕਿਸ ਖਾਨਦਾਨ ਦੇ ਹਨ ਉਹਨਾਂ ਨੇ ਤੇ ਨਾਲੇ ਕੁਝ ਲੋਕ ਤੇ ਪਲੈਨਿੰਗ ਕਰਕੇ ਇੰਜ ਕਰਦੇ ਨਾ ਉਹ ਕੌਣ ਲੋਕ ਆ ਉਹ ਤੁਹਾਨੂੰ ਮੈਂ ਦੱਸਾਂਗੀ ਅਗਲੀ ਵੀਡੀਓ ਦੇ ਵਿੱਚ ਨਾਲੇ ਮੇਰੀ ਇਸ ਵੀਡੀਓ ਤੇ ਸਟ੍ਰਾਈਕ ਨਹੀਂ ਆਣੀ ਚਾਹੀਦੀ ਮੇਰੀ ਪਹਿਲੀ ਵੀਡੀਓ ਤੇ ਸਟ੍ਰਾਈਕ ਮਾਰੀ ਆ ਡਿਲੀਟ ਕਰਾਈ ਇਸ ਵੀਡੀਓ ਤੇ ਨਾ ਸਟ੍ਰਾਈਕ ਆਏ ਨਰੀ ਇਸ ਵੀਡੀਓ ਤੇ ਸਟ੍ਰਾਈਕ ਆਈ ਮੈਂ ਸੈਟਲਾਈਟ ਤੇ ਚਲਾਵਾਂਗੀ ਮੈਂ ਹਰ ਚੈਨਲ ਤੇ ਜਾਵਾਂਗੀ ਠੀਕ ਆ ਸੋ ਇਹ ਸੋ ਸਮਝ ਕੇ ਸਟ੍ਰਾਈਕ ਮਾਰਨੀ ਆ ਸੋ ਜਿੰਨੂੰ ਮੈਂ ਕਹਿ ਰਹੀ ਆ ਉਹ ਸਮਝ ਗਏ ਹੋਣੇ ਆ ਤੇ ਦੂਜੀ ਗੱਲ ਏ ਪੰਜਾਬਣਾਂ ਇੰਨੀ ਕਮਜ਼ੋਰ ਨਹੀਂ ਕਿ ਚੰਦੇ ਲਫ਼ਜ਼ ਮੈਨੂੰ ਮਾਰ ਦੇਣਗੇ ਔਰਤਾ ਲੇਕਿਨ ਕਮਜ਼ੋਰ ਨਹੀਂ ਸੋ ਹਮੇਸ਼ਾ ਯਾਦ ਰੱਖਣਾ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਜਿਹੜੇ ਮੇਰੇ ਆਪਣੇ ਜੀ ਆਰ ਹਮੇਸ਼ਾ ਰਹੀ ਹੈ ਤੁਹਾਡੇ ਸਪੋਰਟ ਦੀ ਲੋੜ ਤੇ ਜਿੰਨੀ ਦੇਰ ਤੱਕ ਮੈਂ ਹੈਗੀ ਆ ਤੇ ਰਹਿਣੀ ਵੀ ਆ ਮੈਂ ਜਾਣਦੀ ਆ ਕਿ ਤੁਸੀਂ ਮੇਰਾ ਸਾਥ ਹਮੇਸ਼ਾ ਦੇਵਗੇ ਤੇ ਬਹੁਤ ਸਾਰੇ ਲੋਕ ਜਿਹੜੇ ਨਹੀਂ ਜਾਣਦੇ ਸੀ ਮੇਰੀ ਲਾਈਫ ਦੇ ਬਾਰੇ ਚ ਮੈਂ ਮੈਂ ਕਿਉਂ ਨਹੀਂ ਸੀ ਦੱਸਿਆ ਆਪਣੀ ਮੈਰਿਡ ਲਾਈਫ ਦੇ ਬਾਰੇ ਚ ਜਾਂ ਕਿੰਨੇ ਰੋਕਿਆ ਸੀ ਕਿਉਂ ਰੋਕਿਆ ਸੀ ਹਰ ਚੀਜ਼ ਮੈਂ ਦੱਸਾਂਗੀ ਤੇ ਜਿਨ੍ਹਾਂ ਨੂੰ ਇੰਨੀ ਪ੍ਰੋਬਲਮ ਹੋ ਰਹੀ ਹੈ ਨਾ ਜਿਹੜੇ ਬਹੁਤੇ ਆ ਜਾਂਦੇ ਨਾ ਮੂੰਹ ਚੱਕ ਕੇ ਜਿਨ੍ਹਾਂ ਨੂੰ ਘਰ ਵਾਲੇ ਨਹੀਂ ਉਹਨਾਂ ਦੇ ਪੁੱਛ ਦੇਣਾ ਉਹ ਮੂ ਚੱਕ ਕੇ YouTube ਤੇ ਕਮੈਂਟਸ ਕਰਨ ਆ ਜਾਂਦੇ ਜਿਹੜੇ ਆਪਣੇ ਮਾਂ ਭੈਣ ਦੀ ਇੱਜ਼ਤ ਨਹੀਂ ਨਾ ਕਰਦੇ ਆਪਣੀ ਧੀ ਵੀ ਇੱਜ਼ਤ ਨਹੀਂ ਨਾ ਕਰਦੇ ਉਹ ਐਂ ਜੀ ਬਾਹਰ ਵੀ ਭੈਣਾਂ ਦੀ ਇੱਜ਼ਤ ਨਹੀਂ ਕਰਦੇ ਠੀਕ ਆ ਜਿਹੜੇ ਗੰਦੇ ਕਮੈਂਟਸ ਕਰਦੇ ਆ ਜਾਂ ਇਹੋ ਜਿਹੀਆਂ ਗੱਲਾਂ ਕਰਦੇ ਆ ਮੈਂ ਤੁਹਾਨੂੰ ਰਾਜ਼ ਦਵਾ ਕਿ ਉਹ ਆਪਣੇ ਘਰ ਵੀ ਨਹੀਂ ਇੱਜ਼ਤ ਕਰਦੇ ਉਹਨਾਂ ਦੀ ਤਰਬੀਅਤ ਦੇ ਵਿੱਚ ਇਹ ਸ਼ੈਅ ਨਹੀਂ ਆ ਕਿ ਤੁਸੀਂ ਔਰਤ ਦੀ ਇੱਜ਼ਤ ਕਰੋ ਸਾਡਾ ਇਸਲਾਮ ਜਿਹੜਾ ਆ ਨਾ ਉਹ ਕਹਿੰਦਾ ਵਾ ਸਾਨੂੰ ਕਿ ਹੋਰ ਤੁਸੀਂ ਜਤ ਕਰੋ ਕਦੀ ਨੇ ਕਿਹਾ ਇਸਲਾਮ ਨੇ ਗਾਲਾ ਕੱਢੋ ਬੁਰਾ ਬਲਾ ਕਹੋ ਯਾਨੀ ਕਾ ਨੂੰ ਮਜ਼ਾਕ ਕਹੋ ਕਾਮੇਡੀ ਕਹੋ ਨਾਈਸ ਕਾਮੇਡੀ ਕਿ ਤੁਸੀਂ ਆਪਣੀਆਂ ਭੈਣਾਂ ਜਾਂ ਧੀਆਂ ਵਿਆਹ ਕੇ ਕਹਿੰਦੇ ਅਸੀਂ ਕਾਮੇਡੀ ਕੀਤੀ ਨਾਈਸ ਕਾਮੇਡੀ ਹੈ ਵਿਆਹ ਨੂੰ ਵੀ ਕੋਈ ਕਾਮੇਡੀ ਕਹਿੰਦਾ ਦੱਸੋ ਮੈਨੂੰ ਕੋਈ ਲੜਕੀ ਕਿਸ ਤਰ੍ਹਾਂ ਕੋਈ ਔਰਤ ਕਿਸ ਤਰ੍ਹਾਂ ਐ ਡੀ ਵੱਡੀ ਗੱਲ ਕਰ ਸਕਦੀ ਆ ਜਿਹਨੂੰ ਤੁਸੀਂ ਐਕਟਿੰਗ ਕਹਿ ਦੋ ਕਮੇਡੀ ਕਹਿ ਦੋ ਵਿਆਹ ਦੇ ਵਾਲਣ ਨਾਲ ਹੋ ਸਕਦੀ ਕੋਈ ਅਕਲ ਹੈਗੀ ਤੁਹਾਡੇ ਵਿੱਚ ਮੈਨੂੰ ਨਹੀਂ ਲੱਗਦਾ ਹੈਗੀ ਨਾ ਤੁਹਾਨੂੰ ਰੱਬ ਨੇ ਮਾਤੇ ਦਿੱਤੀ ਨਾ ਅਕਲ ਦਿੱਤੀ ਦਿਲ ਦੁਖਦਾ ਵਾ ਭਈਆ ਸਾਡਾ ਵੀ ਦਿਲ ਦੁਖਦਾ ਅਸੀਂ ਵੀ ਇਨਸਾਨ ਆ ਕਮੇਡੀਅਨ ਜੋਕਰ ਤੁਹਾਡੇ ਲਿਹਾਜ਼ ਨਾ ਹੋਏਗਾ ਲੇਕਿਨ ਜੋਕਰ ਵੀ ਇਨਸਾਨ ਹੁੰਦਾ ਚਲੋ ਮੈਂ ਜੋਕਰ ਆ ਮੈਂ ਇਨਸਾਨ ਆ ਫੇਰ ਵੀ ਮੈਨੂੰ ਵੀ ਬੁਰਾ ਲੱਗਦਾ ਮੇਰੀ ਵੀ ਕੋਈ ਇੱਜ਼ਤ ਆ ਬਹੁਤ ਸਾਰੇ ਲੋਗਾਂ ਨੂੰ ਇਸ ਇੰਟਰਵਿਊ ਦੀ ਤਕਲੀਫ ਵੀ ਹੋਈ। ਜहां ਜਿਹੜੀ ਫੀਮੇਲਸ ਆ ਜਿਨ੍ਹਾਂ ਨੂੰ ਤਕਲੀਫ ਹੋ ਰਹੀ ਆ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਸੀ ਜਾਂ ਜਿਨ੍ਹਾਂ ਨੂੰ ਅੱਗ ਲੱਗੀ ਆ ਉਹ ਮੈਨੂੰ ਇੰਸਟਾਗ੍ਰam ਤੇ ਆ ਕੇ ਇਨਬਾਕਸ ਕਰ ਸਕਦੀਆਂ ਵਾ। ਜੇ ਮੈਨੂੰ ਕੋਈ ਕੁਝ ਪੁੱਛਣਾ ਚਾਹੇ ਪੁੱਛ ਸਕਦੇ ਦੀ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਨਾ ਇਸ ਲਿਹਾਜ਼ ਦੇ ਨਾਲ ਕਿ ਕਹਿੰਦੇ ਮੈਂ ਝੂਠ ਬੋਲਦੀ ਆ ਮੈਂ ਫੇਮ ਲੈਣਾ ਚਾਹਨੀ ਆ ਤੇ ਉਹ ਜਾ ਕੇ ਪੁੱਛ ਲੈਣ ਜਾਣੀ ਸਾਹਿਬ ਕੋ ਕਿ ਮੈਂ ਫੇਮ ਲੈਣਾ ਚਾਹਨੀ ਆ ਇਹ ਗੱਲ ਝੂਠੀ ਆ ਜਾਂ ਸੱਚੀ ਆ। ਮੈਨੂੰ ਨਾ ਕਿਹੇ ਚਲੋਗਾ ਦੇ ਕਮੈਂਟਸ ਵੀ ਮੇਰੇ ਪੜੇ ਦੁਨੀਆ ਨਾ ਜਿੰਨੀ ਦਿੰਦੀ ਕਿਸੇ ਵੀ ਲਿਹਾਜ਼ ਨਾਲ ਤੁਹਾਨੂੰ ਅੱਛਾ ਮੈਨੂੰ ਨੀਚੇ ਕਮੈਂਟਸ ਕਰ ਰਹੇ ਆ ਕਿ ਆ ਫੇਮ ਲੈਣਾ ਚਾਹੁੰਦੀ ਆ ਤਦ ਕਰਕੇ ਇਹੋ ਜਿਹਾ ਇੰਟਰਵਿਊ ਦਿੱਤਾ ਫੇਮ ਮੇਰਾ ਜਿਹੜਾ ਚੈਨਲ ਤੁਸੀਂ ਇਸ ਟਾਈਮ ਦੇਖ ਰਹੇ ਹੋ 6 ਲੱਖ ਸਬਸਕ੍ਰਾਈਬਰ ਹੋਣ ਵਾਲੇ ਆ ਉੱਥੇ ਸਜਾਦ ਜਾਣੇ ਦਾ ਚਿਹਰਾ ਨਹੀਂ ਸੀ ਮੇਰਾ ਚਿਹਰਾ ਸੀ ਵੀਰਾ ਕਾਂ ਦਾ ਮੈਂ ਆਪਣੇ ਹੀ ਸਿਰ ਤੇ ਫੇਮ ਲਿਆ ਮੈਂ ਇਹ ਰੱਬ ਨੇ ਦਿੱਤਾ ਇਹ ਮੇਰੀ YouTube ਫੈਮਲੀ ਨੇ ਮੈਨੂੰ ਫੇਮ ਦਿੱਤਾ ਠੀਕ ਆ ਇੱਥੇ ਹੋਰ ਕੋਈ ਚਿਹਰਾ ਨਹੀਂ ਸੀ ਇਹੀ ਚਿਹਰਾ ਸੀ ਹਮੇਸ਼ਾ ਉਹਨਾਂ ਨੇ ਦੇਖਿਆ ਸਾਰਾ ਮੇਰੀ ਮਾਂ ਬੋਲੀ ਨੂੰ ਪਿਆਰ ਕੀਤਾ ਚਾਹੁੰਦੇ ਆ ਸੋ ਮੈਨੂੰ ਫੇਮ ਦੀ ਲੋੜ ਨਹੀਂ ਹੈ ਅਲਹਮਦੁਲਿਲਾ ਉਸ ਜ਼ਾਤ ਦਾ ਰੱਬ ਦਾ ਬਹੁਤ ਕਰਮਾ ਉਸ ਜ਼ਾਤ ਦਾ ਰੱਬ ਦਾ ਬਹੁਤ ਕਰਮਾ ਮੇਰੇ ਤੇ ਕਿ ਮੈਨੂੰ ਬਹੁਤ ਫੇਮ ਆ ਮੈਂ ਇੰਨੇ ਚ ਖੁਸ਼ ਹਾਂ ਜਿੰਨਾ ਰੱਬ ਨੇ ਮੈਨੂੰ ਨਾਮ ਦਿੱਤਾ ਇੱਜ਼ਤ ਦਿੱਤੀ ਆ ਮੈਂ ਇੰਨੇ ਚ ਬਹੁਤ ਜ਼ਿਆਦਾ ਖੁਸ਼ ਹਾਂ ਮੈਨੂੰ ਨਹੀਂ ਚਾਹੀਦਾ ਹੋਰ ਜ਼ਿਆਦਾ ਫੇਮ ਤੇ ਮੈਨੂੰ ਨਹੀਂ ਚਾਹੀਦੀ ਕੋਈ ਹੋਰ ਸ਼ੈ ਸੋ ਇਹ ਵੀ ਦਿਮਾਗ 'ਚੋਂ ਕੱਢ ਦੋ ਕਿ ਆ ਫੇਮ ਲੈਣ ਵਾਸਤੇ ਤੁਸੀਂ ਜਾਓ ਜਿਹੜੇ ਹਾਂ ਜਾਨੀ ਸਾਬ ਦੇ ਫਾਲੋਅਰਸ ਉਹਨਾਂ ਨੂੰ ਥੋੜੀ ਮੇਰੇ ਤੋਂ ਪ੍ਰੋਬਲਮ ਹੁੰਦੀ ਆ ਆਈ ਡੋਨਟ ਨੋ ਵਾਈ ਉਹਨਾਂ ਨੂੰ ਕੀ ਪ੍ਰੋਬਲਮ ਆ ਕਿਉਂ ਹੁੰਦੀ ਆ ਉਹਨਾਂ ਨੂੰ ਪ੍ਰੋਬਲਮ ਤੁਸੀਂ ਜਾਓ ਆਪਣੇ ਉਸਤਾਦ ਜੀ ਕੋ ਪੁੱਛੋ ਕਿ ਅਬੀਰਾ ਨੇ ਵੀਡੀਓ ਬਣਾਈ ਆ ਹਾਂ ਵੀ ਇਹ ਸੱਚ ਆ ਜਾਂ ਝੂਠ ਆ ਤੇ ਅਗਰ ਉਹ ਕਹਿ ਦੇਣ ਝੂਠ ਆ ਮੈਂ ਤੁਹਾਨੂੰ ਪ੍ਰੂਫ ਦਵਾਂਗੀ ਫੇਰ ਆ ਕੇ ਮੇਰੇ ਕੋਲ ਪ੍ਰੂਫ ਮੰਗਣਾ ਪਰ ਉਹ ਜੀ ਨੋਬਤ ਨਹੀਂ ਆਏਗੀ ਤੇ ਉਦੋਂ ਤੱਕ ਪਲੀਜ਼ ਆਪਣਾ ਨਾ ਮੂੰਹ ਬੰਦ ਰੱਖੋ ਤੇ ਜਿਹੜੇ ਲੋਕਾਂ ਨੇ ਇਹ ਬਣਾਈਆਂ ਨਾ ਆਪਣੀਆਂ 10 10 12 12 ਆਈਡੀਆਂ ਤੇ ਉਹ ਤੋਂ ਕਮੈਂਟਸ ਕਰਨੇ ਮੈਨੂੰ ਪਤਾ ਕਮੈਂਟਸ ਆਣੇ ਆ ਹਲੇ ਬਹੁਤ ਜ਼ਿਆਦਾ ਕਮੈਂਟਸ ਆਣੇ ਕ੍ਰਿਟਿਸਾਈਜ਼ ਕਰਨਾ ਲੋਕਾਂ ਨੇ ਮੈਨੂੰ ਉਹਨਾਂ ਨੇ ਦੱਸਣਾ ਸਾਡੀ ਗੰਦੀ ਤਰਬੀਅਤ ਉਹਨਾਂ ਨੇ ਦੱਸਣਾ ਵਾ ਕਿ ਅਸੀਂ ਕਿਸ ਕਿਸ ਖਾਨਦਾਨ ਦੇ ਆ ਤੇ ਆ ਕੇ ਦੱਸ ਦਿਓ ਮੈਨੂੰ ਜਮਾ ਹੀ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਮੈਨੂੰ ਚਾਣ ਵਾਲੇ ਬਹੁਤ ਜ਼ਿਆਦਾ ਲੋਕ ਆ ਮੈਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਲੋਕ ਆ ਚੜ੍ਹਦਾ ਪੰਜਾਬ ਹੋਵੇ ਲੰਦਾ ਪੰਜਾਬ ਹੋਵੇ ਮੈਨੂੰ ਦੋਨਾਂ ਪੰਜਾਬਾਂ ਤੋਂ ਬਹੁਤ ਜ਼ਿਆਦਾ ਇੱਜ਼ਤ ਮਿਲੀ ਆ ਰੱਬ ਦਾ ਕਰਮ ਆ ਸ਼ੁਕਰ ਆ ਜਿੰਨਾ ਦਾ ਕਰੋ ਘਾਟਾ ਨੈਕਸਟ ਟਾਈਮ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਕਦੀ ਵੀ ਕਿਸੇ ਔਰਤ ਦੇ ਨਕਾ ਤੇ ਸ਼ਾਦੀ ਤੇ ਉਹਦੇ ਇੱਜ਼ਤ ਤੇ ਕੈਰੇਕਟਰ ਤੇ ਉਂਗਲੀ ਚੱਕਣ ਤੋਂ ਪਹਿਲਾਂ ਇੱਕ ਵਾਰੀ ਇੰਜ ਝਾਕ ਲਿਓ ਹੈਨਾ ਤੇ ਯਾ ਆਪਣੇ ਘਰ ਦੇ ਵਿੱਚ ਝਾਕੀ ਮਾਰ ਲਿਓ ਕਿ ਤੁਹਾਡੀ ਵੀ ਮਾਂ ਔਰਤ ਆ ਤੁਹਾਡੀ ਭੈਣ ਔਰਤ ਆ ਤੁਹਾਡੀ ਤੀ ਔਰਤ ਆ ਤੇ ਉਹਨਾਂ ਤੇ ਕੋਈ ਉਂਗਲੀ ਚੱਕੇ ਤੇ ਕੈਂਚ ਲੱਗੇਗਾ 온ਜੀ ਮੈਂ ਵੀ ਤੁਹਾਡੀ ਮੁਲਕ ਦੀ ਬੇਟੀ ਆ ਤੀਆਂ ਸੋ ਬਹੁਤ ਜ਼ਿਆਦਾ ਹੋਰ ਪ੍ਰੋਬਲਮਸ ਚਾਰੇ ਮੈਂ ਵੀਡੀਓਜ਼ ਨਹੀਂ ਬਣਾ ਰਹੀ ਕਿ ਕੀ ਪ੍ਰੋਬਲਮਸ ਚਾਰੇ ਆ ਮੈਂ ਸ਼ੇਅਰ ਕਰਾਂਗੀ ਫਿਲਹਾਲ ਬਹੁਤ ਜ਼ਿਆਦਾ ਪਰੇਸ਼ਾਨ ਆ ਬਹੁਤ ਜ਼ਿਆਦਾ ਦੁਆ ਕਰਨਾ ਮੇਰੇ ਲਈ ਮੈਂ ਜ਼ਿੰਦਗੀ ਦੇ ਐਸੇ ਮੋੜ ਤੇ ਖੜੀ ਆ ਜਿੱਥੇ ਮੇ ਕੋ ਕਮੇਡੀ ਨਹੀਂ ਹੋ ਰਹੀ ਜਿੱਥੇ ਮੇ ਕੋ ਹਸਾਇਆ ਨਹੀਂ ਜਾ ਰਿਹਾ ਹੁਣ ਪਚਲੇ ਕਿ ਬਹੁਤ ਟਫ ਡਿਊਟੀ ਹੈ ਮੇਰੀ ਬਹੁਤ ਜ਼ਿਆਦਾ ਟਫ ਇੰਜੇ ਤੁਹਾਡਾ ਸਾਥ ਨਹੀਂ ਮਿਲਦਾ ਟਫ ਡਿਊਟੀ ਨਹੀਂ ਨਿਭਾਈ ਜਾਣੀ ਮੈਨੂੰ ਉਮੀਦ ਆ ਕਿ ਤੁਸੀਂ ਹਰ ਹਾਲ ਚ ਆਪਣੀ ਬੀਰਾ ਦਾ ਸਾਥ ਦੋਗੇ ਮੈਂ ਸੋਚਿਆ ਸੀ ਕਿ ਜ਼ਿੰਦਗੀ ਕਿੰਜ ਲੰਗੇਗੀ ਸਿਰ ਤੇ ਪਿਓ ਨੇ ਮੇਰੇ ਵਾਲਦ ਸਾਹਿਬ ਦੀ ਡੈਥ ਹੋ ਗਈ ਸਿਰ ਤੇ ਵੱਡਾ ਪਰਾਨੇ ਜਦੋਂ ਮੈਂ ਇਸ ਫੀਲਡ ਚ ਆਈ ਰੱਬ ਨੇ ਐਸਾ ਕਰਮ ਕੀਤਾ ਮੈਨੂੰ ਮੇਰੇ ਚੈਨਲ ਦੇ ਜ਼ਰੀਏ ਇੱਕ ਫੈਮਲੀ ਦਿੱਤੀ ਮੇਰੀ YouTube ਫੈਮਲੀ ਜਿਹਦੇ ਵਿੱਚ ਲੋਕਾਂ ਨੇ ਬਹੁਤ ਸਾਰੇ ਲੋਕਣ ਆ ਕੇ ਗਿਆ ਧੀ ਪੁੱਤ ਭੈਣ ਭਾਜੀ ਦੀਦੀ ਬੜੀ ਹਿੰਮਤ ਮਿਲ ਲਿਆ ਜੀ ਇਹਨਾਂ ਲਫ਼ਜ਼ਾਂ ਨਾਲ ਥਰਡ ਯੂ ਬੀਰਾਨਾ ਇੱਕ ਵਾਰੀ ਫੇਰ ਜ਼ਿੰਦਾ ਹੋ ਜਾਂਦੀ ਹੈ ਅਲਫ਼ਾਜ਼ ਸੁਣ ਕੇ ਦੇਖ ਕੇ ਜੀ ਹੋਸ਼ ਹੋ ਜਾਂਦਾ ਇਹਨਾਂ ਚਾਹ ਨਹੀਂ ਜੀਣ ਦਾ ਲੇਕਿਨ ਜੇ ਤੁਸੀਂ ਇੰਨੀ ਇੱਜ਼ਤ ਕਰਦੇ ਨਾ ਪਿਆਰ ਕਰਦੇ ਹੋ ਤੇ ਦੇਖ ਕੇ ਜੀ ਕਰਦਾ ਜੀ ਨੂੰ ਨਾ ਬਹੁਤ ਜੀ ਕਰਦਾ ਸੋ ਇਹਦੇ ਪਿੱਛੇ ਕੋਈ ਫੇਮ ਵਾਲੀ ਗੱਲ ਨਹੀਂ ਇਹਦੇ ਪਿੱਛੇ ਕੋਈ ਐਸੀ ਗੱਲ ਨਹੀਂ ਆ ਵਿਆਹ ਹੋਇਆ ਸਾਡਾ ਇੱਕ ਨਿਆਣਾ ਵੀ ਆ ਤੇ ਅਲਹਮਦੁਲਿਲਾ ਸੋ ਮੈਨੂੰ ਇਹਦੇ ਵਿੱਚ ਕੁਛ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੁੰਦੀ ਸਾਰਿਆਂ ਦੇ ਵਿਆਹ ਹੁੰਦੇ ਆ ਹੈਨਾ ਤੇ ਬਾਕੀ ਕੋਈ ਵੀ ਤੁਸੀਂ ਪੁੱਛਣਾ ਹੋਵੇ ਸਵਾਲ ਕਮੈਂਟ ਕਰਿਓ ਤੇ ਕਮੈਂਟ ਵੀ ਅੰਜ ਕਰਿਓ ਪਤਾ ਚੱਲੇ ਕਿ ਕਿਸੇ ਖਾਨਦਾਨੀ ਬੰਦੇ ਨੇ ਕਮੈਂਟ ਕੀਤਾ ਕਿਸੇ ਨੇ ਖਾਨਦਾਨੀ ਬੰਦੇ ਨੇ ਮੇਕੋ ਕੋਈ ਗੱਲ ਪੁੱਛੀ ਆ ਤੇ ਮੈਨੂੰ ਵੀ ਜਵਾਬ ਦੇਣ ਦਾ ਮਜ਼ਾ ਆਏ ਸੋ ਪਲੀਜ਼ ਮੈਂ ਸਿਰਫ ਵੀਡੀਓ ਬਣਾਉਂਦਾ ਹੈ ਮਕਸਦ ਮੇਰਾ ਦਿਲ ਦੁਖਿਆ ਮੈਂ ਕਦੀ ਕਿਸੇ ਦਾ ਦਿਲ ਨਹੀਂ ਦੁਖਾਇਆ ਸਾਰਿਆਂ ਨੂੰ ਹਸਾਣ ਦੀ ਕੋਸ਼ਿਸ਼ ਕੀਤੀ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿਸੇ ਦਾ ਦਿਲ ਨਾ ਦੁਖਾਇਆ ਕਰੋ ਕਿਉਂਕਿ ਰੱਬ ਉਸ ਇਨਸਾਨ ਨੂੰ maaf ਨਹੀਂ ਕਰਦਾ ਜਿਹੜਾ ਕਿਸੇ ਦਾ ਦਿਲ ਦੁਖਾਵੇ ਦਿਲ ਜ਼ਾਰੀ ਕਰੇ ਕਿਸੇ ਦੇ ਦਿਲ ਜ਼ਾਰੀ ਨਾ ਕਰੋ ਤੁਸੀਂ ਤੇ ਔਰਤਾਂ ਨੂੰ ਇੱਜ਼ਤ ਦੇਣਾ ਸਿੱਖੋ ਖੁਦਾਰਾ ਆਪਣੇ ਅਲਫਾਜ਼ ਸੁਧਾਰੋ ਜ਼ਿਆਦਾਤਰ ਲਿੰਦੇ ਪੰਜਾਬ ਦੇ ਲੋਕ ਕ੍ਰਿਟਿਸਾਈਜ਼ ਕਰਦੇ ਪਤਾ ਨਹੀਂ ਕਿਉਂ ਮੇਰੇ ਲਈ ਦੋਨੇ ਪੰਜਾਬ ਇੱਕ ਜੈਸੇ ਆ ਪਤਾ ਨਹੀਂ ਕਿਉਂ ਉਹਨਾਂ ਕੋ ਜਰਿਆ ਨਹੀਂ ਜਾਂਦਾ ਪਤਾ ਨਹੀਂ ਕਿਉਂ ਅੱਛੇ ਚੰਦ ਲੋਗ ਆ ਸਾਰੇ ਲੋਗ ਨਹੀਂ ਬਾਕੀ ਲੋਗ ਇੰਨੇ ਵਧੀਆ ਇੰਨੇ ਵਧੀਆ ਮੈਂ ਬਿਆਨ ਨਹੀਂ ਕਰ ਸਕਦੀ ਇੰਨਾ ਪਿਆਰ ਇੰਨੇ ਜਿਹੇ ਚੰਦ ਲੋਗ ਆ ਨਾ ਉਹ ਆਪਣਾ ਨਾ ਗਟਰ ਵਰਗਾ ਮੂੰਹ ਬੰਦ ਰੱਖਣ ਚੰਗਾ ਨਹੀਂ ਲੱਗਦਾ ਜਦੋਂ ਉਹ ਖੋਲਦੇ ਆ ਅੱਛਾ ਸਾਡੇ ਮਾਸ਼ੀ ਵਿੱਚ ਇਹ ਵੀ ਇੱਕ ਰੋਲਾਣਾ ਸਿਆਪਾ ਕਿ ਆ ਔਰਤ ਥੋੜਾ ਨਾਮ ਬਣਾ ਲੈ ਜਾਂ ਔਰਤ ਨੂੰ ਤਾਰੀਫ ਮਿਲੇ ਲੱਗ ਜਾਂਦੇ ਕਿਈ ਮਰਤੇ ਸੜ ਜਾਂਦੇ ਆ ਉਹ ਫੋਰਨ ਯੋਰੇ ਕੈਰੈਕਟਰ ਤੇ ਆ ਜਾਂਦੇ ਆ ਪਤਾ ਨਹੀਂ ਮੈਨੂੰ ਸਮਝ ਨਹੀਂ ਆਂਦੀ ਉਹਨਾਂ ਨੂੰ ਕੀ ਮਸਲਾ ਕੀ ਨਹੀਂ ਤੇ ਅਕਸਰ ਮੈਂ ਇਸ ਚੀਜ਼ ਨੇ ਨੋਟ ਕੀਤਾ ਅਗਰ ਦੇਖਦੇ ਆ ਨਾ ਕਿ ਕਿਸੇ ਔਰਤ ਦੀ ਤਾਰੀਫ ਹੋ ਰਹੀ ਹੈ ਜਾਂ ਚੰਗਾ ਕੰਮ ਕਰ ਰਹੀ ਵਧੀਆ ਕੰਮ ਕਰ ਰਹੀ ਹੈ ਜੀ ਤਾਰੀਫ ਕਿਉਂ ਹੋ ਰਹੀ ਉਹਨਾਂ ਨੂੰ ਨਾ ਖਾਰਜ ਛੋਲਾ ਜਾਂਦੀ ਹੈ ਕਿਤੇ ਉਹ ਨਾਲ ਹੀ ਨਾ ਆ ਕੇ ਉਹ ਦੱਸਿੰਦੇ ਆ ਕਿ ਮੇਰਾ ਜ਼ਰਫ ਕਿੱਡਾ ਡਿੱਗਿਆ ਨਾ ਗੰਦੇ ਕਮੈਂਟਸ ਕਰਕੇ ਤੇ ਜਿਹੜੀ ਫੀਲਡ ਨਾ ਦੇਖੋ ਕੋਈ ਫੀਲਡ ਗਲਤ ਨਹੀਂ ਹੁੰਦੀ ਲੋਕ ਅੱچھے ਬੁਰੇ ਹੁੰਦੇ ਆ ਠੀਕ ਆ ਮੈਂ ਐਂਕਰ ਆ ਮੈਂ ਰੋਡ ਸ਼ੋਅ ਕਰਦੀ ਕਈ ਲੋਕ ਇਸ ਚੀਜ਼ ਨੂੰ ਬੁਰਾ ਕਹਿੰਦੇ ਹੋਣਗੇ ਕਈ ਲੋਕ ਗਾਲਾਂ ਵੀ ਕੱਢਦੇ ਹੋਣਗੇ ਕਈ ਲੋਕ ਬੜਾ ਗੰਦਾ ਗੰਦਾ ਬੋਲਦੇ ਹੋਣਗੇ ਮੈਂ ਤੁਹਾਨੂੰ ਦੱਸਦਾ ਫੀਲਡ ਕੋਈ ਵੀ ਗਲਤ ਨਹੀਂ ਐ ਮੈਂ ਇਸ ਫੀਲਡ 'ਚ ਹੀ ਮੈਨੂੰ ਉਹ ਐਕਸਪੀਰੀਅੰਸ ਹੋਇਆ ਅੱਛੇ ਬੁਰੇ ਲੋਕ ਹਰ ਜਗ੍ਹਾ ਤੇ ਮੌਜੂਦ ਹੁੰਦੇ ਆ ਸੋ ਸੋ ਸਮਝ ਕੇ ਤੁਸੀਂ ਗੱਲ ਕਰਿਆ ਕਰੋ ਕਿਉਂਕਿ ਜਿਨੇ ਮਰਦ ਦੇ ਹਕੂਕ ਆ ਉਹਨੇ ਔਰਤ ਦੇ ਹਕੂਕ ਆ ਇਕੁਅਲ ਰਾਈਟਸ ਮਿਲੇ ਹੋਏ ਆ ਸੋ ਆਪਣੀ ਸੋਚ ਥੋੜੀ ਚੇਂਜ ਕਰੋ ਅ ਅਗਰ ਕੋਈ ਅੱਛਾ ਕੰਮ ਕਰ ਰਿਹਾ ਮੇਰਾ ਕੀ ਕੰਮ ਆ ਮੇਰਾ ਕੰਮ ਆ ਮੈਂ ਭਾਵੇਂ ਆਪ ਦੁਖੀਆਂ ਪਰੇਸ਼ਾਨ ਆ ਰੋ ਰਹੀਆਂ ਮੇਰੀ ਇੱਕ ਡਿਊਟੀ ਹੈ ਕਿ ਮੈਂ ਹਸਾਣਾ ਤੁਹਾਨੂੰ ਠੀਕ ਹੈ ਕਾਮੇਡੀ ਕਰਨੀ ਕਹਿੰਦੇ ਆ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆਣਾ ਸਦਕਾ ਹੀ ਜਾ ਰਹੀਆ ਵਾ ਮੈਂ ਕਿਰਾ ਕੋਈ ਆਈਟਮ Song ਕਰ ਰਹੀ ਆ ਜਾਂ ਮੈਂ ਕੋਈ ਐਸੀ ਗਲਤ ਕੰਮ ਕਰ ਰਹੀ ਆ ਜਿਹੜੀ ਵਜ੍ਹਾ ਤੋਂ ਤੁਸੀਂ ਮੈਨੂੰ ਕ੍ਰਿਟਿਸਾਈਜ਼ ਕਰਨਾ ਵਾ ਮੇਰੇ ਭਰਾਵੋ ਜਿਨ੍ਹਾਂ ਨੂੰ ਮੈਂ ਜ਼ਹਿਰ ਲੱਗਦੀ ਆ ਤੁਸੀਂ ਮੇਰਾ ਸ਼ੋਅ ਨਾ ਦੇਖੋ ਤੇ ਤੁਸੀਂ ਆ ਕੇ ਲੇਕਿਨ ਗਲਤ ਗੱਲ ਨਾ ਕਰੋ ਮੇਰੇ ਲਈ ਤੁਸੀਂ ਵੀ ਮੇਨੂੰ ਅਜ਼ੀਜ਼ ਹੋ ਕਿਉਂਕਿ ਤੁਸੀਂ ਦੇਖਦੇ ਹੋ ਲੇਕਿਨ ਦੇਖ ਕੇ ਕਿਸੇ ਨੂੰ ਬੁਰਾ ਬੁਲਾਣਾ ਕੋ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਨਹੀਂ ਜਾਣਦੇ ਸਾਡੀ ਕਮੇਟੀ ਦੇ ਵਿੱਚ ਅਸੀਂ ਗੱਲ ਕਰਦੇ ਆਂ ਅਗਰ ਮੈਂ ਕਿਸੇ ਦੀ ਇਨਸਲਟ ਕਰ ਰਹੀ ਹੁੰਦੀ ਆ ਲੇਕਿਨ ਉਹ ਤੋਂ ਪਹਿਲੇ ਨਾ ਬੈਕ ਐਮਬਰੇਜ ਤੇ ਇਹ ਬੰਦਾ ਐਸੀ ਗੱਲ ਕਰ ਦਿੰਦਾ ਨਾ ਮੈਨੂੰ ਗੁੱਸਾ ਛੱਡਦਾ ਜਦੋਂ ਉਹ ਮੁਆਸ਼ਰੇ ਦੇ ਮਰਦ ਔਰਤ ਦੀ ਇੱਜ਼ਤ ਨਹੀਂ ਨਾ ਕਰਦੇ ਹੁਣ ਰੋਡ ਸ਼ੋਅ ਦੇ ਦੌਰਾਨ ਮੁੰਡੇ ਆਂਦੇ ਉਹ ਜੀ ਆ ਕੇ ਕਹਿਦੇ ਨੇ ਜਿਵੇਂ ਪੂੰਡੀ ਕਰਨ ਆਇਆ ਹੁਣ ਮੈਂ ਉਹਨਾਂ ਕਹਿੰਦੀ ਭਰਾਵਾ ਦੁਬਾਰਾ ਗੱਲ ਕਰਾਂਗੀ ਇਹ ਜਵਾਬ ਨਹੀਂ ਦੇਣਾ ਹੁਣ ਉਹਨੇ ਤੇ ਗੰਦਗੀ ਕੱਢਦੀ ਹੁਣ ਮੇਰੇ ਦਿਮਾਗ 'ਚ ਬੈ ਗਈ ਸੋ ਅਗਰ ਮੈਂ ਕਿਸੇ ਨੂੰ ਕਹਿੰਦੇ ਨਾ ਲੋਕ ਬਹੁਤ ਬਿਸਤੀ ਬਹੁਤ ਖਾਦੀਆ ਤੇ ਇੰਜ ਬੋਲ ਮੈਂ ਸਿਰਫ ਓਨਾ ਮੁੰਡਿਆਂ ਦੀ ਕਰਦੀ ਆ ਜਿਹੜੇ ਆ ਕੇ ਸ਼ੌਖੀਆਂ ਮਾਰਦੇ ਆ ਜਾਂ ਕੈਂਬਰੇ ਤੋਂ ਪਹਿਲੇ ਹੀ ਉਹ ਨਾ ਐਸੀ ਗੱਲ ਕਰ ਚੁੱਕੇ ਹੁੰਦੇ ਆ ਕਿ ਮੈਨੂੰ ਬੜੀ ਤਕਲੀਫ ਹੁੰਦੀ ਆ ਮੈਨੂੰ ਤਕਲੀਫ ਹੁੰਦੀ ਆ ਕਿ ਮੈਂ ਕਹਿੰਦੀ ਆ ਮਾਵਾ ਪੈਣਾ ਸਾਂਝੀਆਂ ਇੱਜ਼ਤਾਂ ਸਾਂਝੀਆਂ ਹੁੰਦੀਆਂ ਹਨ ਮੈਂ ਨਾਰੇ ਵੀ ਲਗਵਾਂਦੀ ਆ ਆਪਣੇ ਸ਼ੋਅ ਦੇ ਵਿੱਚ ਐਸੇ ਫੁਕਰਿਆਂ ਮੁੰਡਿਆਂ ਕੋਲ ਕੀਆ ਪੈਣਾ ਸਾਂਝੀਆਂ ਹੁੰਦੀਆਂ ਸੋ ਤੁਸੀਂ ਇੱਜ਼ਤ ਕਰੋ ਦੁਸਰਤੀਆਂ ਪਹਿਣਾ ਦੀ ਤੇ ਤੁਹਾਡੇ ਵੀ ਤੀ ਪਹਿਣ ਦੀ ਇੱਜ਼ਤ ਹੋਏਗੀ ਨਾ ਜੇ ਤੁਸੀਂ ਨਹੀਂ ਕਰੋਗੇ ਤੇ ਤੁਹਾਡੀ ਵੀ ਤੀ ਪਹਿਣ ਦੀ ਕੌਣ ਇੱਜ਼ਤ ਕਰੇਗਾ ਇਹ ਬਸ ਛੋਟੀ ਜਿਹੀ ਗੱਲ ਆ ਸੋਚ ਦੀ ਗੱਲ ਆ ਸੋਚ ਕੇ ਦੇਖਣਾ ਕਿ ਮੈਂ ਕਿਹੜੀ ਗੱਲ ਕਹੀ ਆ ਅਗਰ ਕਿਸੇ ਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਤੇ ਮਾਫ਼ਰਤ ਥੋੜੀ ਈਮੋਸ਼ਨਲ ਆ ਥੋੜੀ ਨਹੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਸੋ ਦਿਲ ਦੀ ਗੱਲ ਸੀ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ ਮੈਂ ਆਪਣੇ ਦਿਲ ਦੀ ਗੱਲ ਕਰ ਦਿੱਤੀ ਹੋਰ ਵੀ ਬਹੁਤ ਕੁਝ ਸ਼ੇਅਰ ਕਰਨਾ ਚਾਹੁੰਦੀ ਆ ਬਸ ਦੁਆ ਕਰੋ ਰੱਬ ਮੈਨੂੰ ਹਿੰਮਤ ਦੇਵੇ ਇਨਾ ਹੌਸਲਾ ਦਵੇ ਕਿ ਯਾਤੇ ਮਸਲੇ ਮਿਸਾਲ ਮੇ ਇੱਕ ਸਾਈਡ ਤੇ ਕਰਕੇ ਆਪਣੀ ਕਾਮੇਡੀ ਸਟਾਰਟ ਕਰਾਂ ਦੁਬਾਰਾ ਮੇਰੇ ਸ਼ੋਅ ਰੁਕੇ ਹੋਏ ਆ ਤੁਸੀਂ ਦੇਖਦੇ ਹੋ ਨੀ ਸ਼ੋਅ ਨਹੀਂ ਚੜਿਆ ਯਾਤੇ ਫਿਰ ਮੇ ਚੰਨੀ ਹਿੰਮਤ ਆਈਏ ਕਿ ਮੈਂ ਹਰ ਚੀਜ਼ ਨੂੰ ਫੇਸ ਕਰਾਂ ਤੇ ਤੁਹਾਡਾ ਹਰ ਸ਼ੈ ਸ਼ੇਅਰ ਕਰਾਂ ਹਰ ਚੀਜ਼ ਸ਼ੇਅਰ ਕਰਾਂ ਕਿ ਕੋਈ ਮੈਨੂੰ ਬਲੈਕਮੇਲ ਕਰ ਰਿਹਾ ਗੌਰਮੈਂਟ ਟੌਰਚਰ ਕਰ ਰਿਹਾ ਕੌਣ ਇਨਾ ਗਲਤ ਮੇਨਾ ਕਰ ਰਿਹਾ ਤੁਸੀਂ ਜਾਣੋਗੇ ਤੁਸੀਂ ਹੈਰਾਨ ਹੋ ਜਾਓਗੇ ਪਤਾ ਨਹੀਂ ਕੋਈ ਮੇਰਾ ਸਾਥ ਦੇਗਾ ਜਾਂ ਨਹੀਂ ਦੇਗਾ ਪਰ ਮੈਨੂੰ ਯਕੀਨ ਆ ਉਹ ਰੱਬ ਮੇਰਾ ਸਾਥ ਦੇਗਾ ਇਨਸ਼ਾਅੱਲਾ ਉਹ ਮੇਰੇ ਨਾਲ ਆ ਉਹ ਸੇ ਰਾਤ ਦੀ ਜਾਤ ਨਾਲ ਬੜੀ ਹਿੰਮਤ ਮਿਲਦੀ ਫਿਰ ਤੁਹਾਡੇ ਸਾਥ ਨਾਲ ਬੜੀ ਹਿੰਮਤ ਮਿਲਦੀ ਹੈ ਇਸ ਵਾਸਤੇ ਮੈਂ ਅਸ਼ਾ ਕਹਿੰਦੀ ਕਿ ਮੇਰਾ ਸਾਥ ਦਿਓ ਆਪਣੀ ਵੀਰਾਂ ਨੂੰ ਇੰਜ ਕਲਿਆਣਾ ਛੱਡੀ ਗਾ ਹਮੇਸ਼ਾ ਸਾਥ ਰਹੀਓ ਮੇਰੇ ਤੇ ਬਹੁਤ ਸ਼ੁਕਰੀਆ ਤਸੀਂ ਇਹ ਨਿੱਧਰ ਮੇਰੀ ਗੱਲ ਸੁਣੀ ਬਰਦਾਸ਼ ਕੀਤੀ ਫੇਰ ਦੁਬਾਰਾ ਮੈਂ ਕਹਿਣਾ ਚਾਹੁੰਦੀ ਮੇਰੇ ਵਿਆਹ ਤੇ ਪਲੀਜ਼ ਕੋਈ ਗੱਲ ਨਾ ਕਰੀਏ ਕੋਈ ਗੰਦਾ ਕਮੈਂਟ ਨਾ ਕਰੀਏ ਕੋਈ ਕੁਛ ਨਾ ਕਰੇ ਜਿੰਨੂੰ ਕੋਈ ਕਨਫਰਮੇਸ਼ਨ ਕਰਨੀ ਆ ਉਹ ਜਾ ਕੇ ਸਜਾਤ ਜਾਨੀ ਸਾਹਿਬ ਕੋ ਪੁੱਛ ਲੈਣ ਨਾ ਕਮੈਂਟਸ ਕਰਨ ਉਹ ਵੀ ਆਪਣੀ ਵੀਡੀਓ ਚ ਕਹਿ ਦੇਣ ਕਿ ਅਗਰ ਉਹਨਾਂ ਨੂੰ ਬਣਾਣੀ ਹੋਗੀ ਨਹੀਂ ਬਣਾਣੀ ਹੋਰਗੀ ਔਰੀ ਮਰਜ਼ੀ ਆਪਾਂ ਯਾ ਤੁਸੀਂ ਮੈਂ ਫੋਰਸ ਨਹੀਂ ਕਰ ਸਕਦੇ ਹੈਨਾ ਲੇਕਿਨ ਕਿਸੇ ਨੇ ਇਸ ਪਾਕ ਰਿਸ਼ਤੇ ਨੂੰ ਗੰਦਾ ਨਹੀਂ ਕਹਿਣਾ ਗਲਤ ਨਹੀਂ ਬੋਲਣਾ ਰੱਬ ਨੂੰ ਨਹੀਂ ਨਰਾਜ਼ ਰੱਖਣਾ ਆਪਣੇ ਵੀਰਾਂ ਨੂੰ ਜਾਜ਼ਤ ਦਿਓ ਨੈਕਸਟ ਵੀਡੀਓ ਚ ਬਾਕੀ ਅਗਰ ਕੋਈ ਵੀ ਸਵਾਲ ਕਰਨਾ ਹੈ ਤੁਹਾਡਾ ਜਵਾਬ ਦਵਾਂਗੀ ਅਗਲੀ ਵੀਡੀਓ ਚ ਠੀਕ ਹੈ ਅਲ ਹਾਫਿਜ਼